एवरेज कंज्यूमर गल करके देखो, ਲੋਕਾਂ ਨੇ ਆਪਣੇ ਹੱਥ ਖਿੱਚ ਲਏ ਨੇ ਔਰ ਲੋਕ ਆਪਣੇ ਖਰਚੇ ਘਟਾ ਰਹੇ ਨੇ ਜੀ ਤੇ ਜਿਹੜੀ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਸਾਡੇ ਕੈਨੇਡਾ ਦੀ ਇਕਨੋਮੀ ਜਿਹੜੀ ਗਰੋ ਵੀ ਕੀਤੀ ਆ ਸੈਕੰਡ ਕੁਆਟਰ ਦੇ ਅੰਦਰ ਦੈਟ ਇਜ਼ ਬੇਸਡ ਔਨ ਦੀ ਇਮੀਗ੍ਰੇਸ਼ਨ ਕੀਤੀ ਆ ਦੋ ਮੇਨ ਰਿਟੇਲਰ ਅਮਰੀਕਾ ਦੇ ਵਾਲਮਾਰਟ ਐਂਡ ਟਾਰਗੇਟ ਇਹਨਾਂ ਦੀ ਕੁਆਟਰਲੀ ਅਰਨਿੰਗ ਆਈ ਸੀ ਦੇ ਕੇ ਪੇਂਟਡ ਟੂ ਡਿਫਰੈਂਟ ਪਿਕਚਰਸ ਵਾਲਮਾਰਟ ਸੈਡ ਕਿ ਸਾਡੀ ਜਿਹੜੀ ਫਿਊਚਰ ਗਾਈਡੈਂਸ ਆ ਬਹੁਤ ਵਧੀਆ ਆ ਟਾਰਗੇਟ ਨੇ ਕਿਹਾ ਸੀ ਸਾਡੀ ਗਾਈਡੈਂਸ ਬੜੀ ਦੋਨੋਂ ਤੁਸੀਂ ਦੇਖੋ ਰਿਟੇਲ ਦੀਆਂ ਕੰਪਨੀਆਂ ਹੈਗੀਆਂ ਨੇ ਔਰ ਕਿਉਂ ਕਿਉਂਕਿ ਦੇਖੋ ਵਾਲਮਾਰਟ ਦੀ ਅਰਨਿੰਗ ਕਿਉਂ ਵਧੀਆ ਹੋਏਗੀ ਕਿਉਂਕਿ ਵਾਲਮਾਰਟ ਦਾ 50% ਪ੍ਰੋਫਿਟ ਜਿਹੜਾ ਹੈ ਫੂਡ ਤੋਂ ਆਉਂਦਾ ਹੈ ਜੀ ਸੋ ਸਰਦਾਰ ਸੁਰਿੰਦਰਪਾਲ ਸਿੰਘ ਜੀ ਸਾਨੂੰ ਇਹ ਦੱਸੋ ਕਿ ਹੁਣ ਇੱਕ ਆਮ ਵਿਅਕਤੀ ਜਿੱਥੇ ਅਸੀਂ ਵੱਡੀ ਕੰਪਨੀਆਂ ਦੀ ਗੱਲਾਂ ਕੀਤੀਆਂ ਸਰਕਾਰਾਂ ਦੀ ਗੱਲਾਂ ਕੀਤੀਆਂ ਹਾਊ ਕੈਨ ਅ ਕਾਮਨ ਪਰਸਨ ਇਨ ਦਿਸ ਸਿਸਟਮ ਐਂਡ ਸਿਚੁਏਸ਼ਨ ਆਪਣੇ ਆਪ ਨੂੰ ਬਚਾ ਕੇ ਬਾਹਰ ਆ ਸਕਦਾ ਹੈ ਤਾਂ ਕਿ ਇਹ ਮਾੜਾ ਸਮਾਂ ਵੀ ਛੇਤੀ ਲੰਘ ਜਾਏ ਸਭ ਤੋਂ ਪਹਿਲਾਂ ਇਹਨੂੰ ਇੱਕ ਕਹਾਵਤ ਹੈ ਪੇ ਪੇ ਟੂ ਯੋਰਸੈਲਫ ਫਸਟ ਰਾਈਟ ਵੀ ਤੁਸੀਂ ਪਹਿਲਾਂ 5% ਪੈਸੇ ਆਪ ਦੇ ਆਪਣੇ ਫਿਊਚਰ ਲਈ ਰੱਖੋ ਐਮਰਜੈਂਸੀ ਫੰਡ ਰੱਖੋ ਇੱਕ 2 to 3 months ਐਕਸਪੈਂਸਿਸ ਜਿਹੜੇ ਆ ਇੱਕ ਪਾਸੇ ਰੱਖੇ ਹੋਣੇ ਚਾਹੀਦੇ ਆ ਕਦੀ ਵੀ ਮਾੜਾ ਸਮਾਂ ਆ ਜਾਏ ਤੁਹਾਡੀ ਜੌਬ ਚਲੀ ਜਾਏ ਕਿਤੇ ਛੱਤ ਖਰਾਬ ਹੋ ਗਈ ਕੋਈ ਵੀ ਤੁਹਾਡੀ ਕਾਰ ਬ੍ਰੇਕ ਡਾਊਨ ਹੋ ਗਈ ਕੋਈ ਮੇਜਰ ਐਕਸਪੈਂਸਿਸ ਜਾਂ ਇੰਡੀਆ ਜਾਣਾ ਪਿਆ ਅਚਾਨਕ ਕੋਈ ਵੀ ਇਸ ਤਰ੍ਹਾਂ ਦੇ ਐਕਸਪੈਂਸਿਸ ਤੁਹਾਨੂੰ ਆ ਸਕਦੇ ਆ ਉਹ ਤੁਸੀਂ ਐਮਰਜੈਂਸੀ ਫੰਡ ਨੂੰ ਛੇੜਨਾ ਨਹੀਂ ਹੈਗਾ ਉਹਨੂੰ ਇੱਕ ਪਾਸੇ ਰੱਖੋ ਫਿਊਚਰ ਲਈ ਵੀ ਸੇਵਿੰਗ ਰੱਖੋ ਔਰ ਆਪਣੇ ਜਿਹੜੇ ਹਾਈ ਇੰਟਰਸਟ ਡੈਟਸ ਉਹਨੂੰ ਪੇ ਆਫ ਦ ਹਰਜਿੰਦਰ ਸਿੰਘ ਸ਼ੋ ਮਹਿੰਗਾਈ ਨੇ ਲੋਕਾਂ ਦੇ ਲੱਕ ਤੋੜ ਦਿੱਤੇ ਨੇ ਅਤੇ ਅਜੇ ਕੋਈ ਰਾਹ ਨਜ਼ਰ ਨਹੀਂ ਆ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਕੁਝ ਬਿਹਤਰ ਹੋਣਗੇ ਇੱਥੋਂ ਤੱਕ ਇਹ ਵੀ ਕਿਹਾ ਜਾ ਰਿਹਾ ਕਿ ਰਿਸੈਸ਼ਨ ਜੋ ਹੈ ਕੈਨੇਡਾ ਨੂੰ ਹਿੱਟ ਛੇਤੀ ਹੀ ਕਰ ਜਾਏਗਾ ਇਸ ਸੰਬੰਧ ਵਿੱਚ ਕਿਹੜੀ ਚੀਜ਼ਾਂ ਤੋਂ ਅਸੀਂ ਸੁਚੇਤ ਹੋਣਾ ਹੈ ਕਿਸ ਤਰੀਕੇ ਨਾਲ ਅਸੀਂ ਫਾਈਨੈਂਸ਼ੀਅਲ ਪਲੈਨਿੰਗ ਕਰ ਸਕਦੇ ਹਾਂ ਆਓ ਅੱਜ ਗੱਲਬਾਤ ਕਰਦੇ ਹਾਂ ਸਰਦਾਰ ਸੁਰਿੰਦਰਪਾਲ ਸਿੰਘ ਜੀ ਨਾਲ ਜਿਹੜੇ ਸਾਡੇ ਮਹਿਮਾਨ ਨੇ ਟੋਰਾਂਟੋ ਤੋਂ ਅਤੇ ਇਹ ਜੋ ਇਸ ਸਮੇਂ ਇਕਨੋਮਿਕ ਕੰਡੀਸ਼ਨਸ ਨੇ ਕੈਨੇਡਾ ਦੇ ਵਿੱਚ ਵਟ ਸ਼ੁੱਡ ਵੀ ਬੀ ਅਵੇਅਰ ਆਫ ਲੈਟਸ ਵੈਲਕਮ ਸਰਦਾਰ ਸੁਰਿੰਦਰਪਾਲ ਸਿੰਘ ਜੀ ਜੀ ਅਨੂ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਵੈਰੀ ਮਚ ਹਰਪ੍ਰੀਤ ਜੀ ਆਪ ਜੀ ਨੂੰ ਵੀ ਔਰ ਸਾਰੇ ਹੀ ਸੋਤਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਵਾਲਾ ਜੀ ਵੈਲਕਮ ਸੋ ਸਭ ਤੋਂ ਪਹਿਲਾਂ ਤਾਂ ਜੀ ਸੁਰਿੰਦਰਪਾਲ ਜੀ ਦੱਸੋ ਕਿ ਜੋ ਇਹ ਖਬਰਾਂ ਆ ਰਹੀਆਂ ਨੇ ਕਿ ਰਿਸੈਸ਼ਨ ਕੈਨ ਹਿੱਟ ਕੈਨੇਡਾ ਕੀ ਹਨ ਇਕਨੋਮਿਕ ਕੰਡੀਸ਼ਨ ਇਸ ਸਮੇਂ ਕੈਨੇਡਾ ਦੇ ਵਿੱਚ ਅਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਰਿਸੈਸ਼ਨ ਵੇਖਣ ਨੂੰ ਮਿਲ ਸਕਦਾ ਹੈ ਦੇਖੋ ਹਰਪ੍ਰੀਤ ਜੀ ਸਭ ਤੋਂ ਪਹਿਲਾਂ ਕੈਨੇਡਾ ਤੁਸੀਂ ਦੇਖੋ ਦੇਖਣ ਤੋਂ ਪਹਿਲਾਂ ਅਸੀਂ ਗਲੋਬਲ ਸਿਚੁਏਸ਼ਨ ਦੇਖੀ ਹੈ ਗਲੋਬਲ ਸਿਚੁਏਸ਼ਨ ਜੇ ਤੁਸੀਂ ਦੇਖਦੇ ਹਾਂ ਚਾਈਨਾ ਨੇ ਚਾਈਨਾ ਇਜ਼ ਸਲੋਇੰਗ ਡਾਊਨ ਬਿਗ ਟਾਈਮ ਚਾਈਨਾ ਦੇ ਅੰਦਰ ਹਾਲਾਂਕਿ ਉਹ ਐਕਸਪੈਕਟ ਕਰਦੇ ਆ ਕਿ 5% ਗਰੋਥ ਆਏਗੀ ਇਸ ਸਾਲ ਜੀ ਲੇਕਿਨ 5% ਗਰੋਥ ਕੰਟਰੀ ਲਾਈਕ ਚਾਈਨਾ ਲਈ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕਿ ਰਿਸੈਸ਼ਨ ਵਰਗਾ ਆ ਕਿਉਂਕਿ ਚਾਈਨਾ ਪਿਛਲੇ 2 ਦਹਾਕਿਆਂ ਤੋਂ ਵੱਧ ਡਬਲ ਡਿਜਿਟ 18-18% ਗਰੋ ਕਰਦਾ ਰਿਹਾ ਆ ਤੇ ਇਸ ਕਰਕੇ 5% ਦੀ ਗਰੋਥ ਕੋਈ ਮਾਇਨੇ ਨਹੀਂ ਰੱਖਦੀ ਹੈਗੀ ਆ ਔਰ ਯੂਰਪ ਦੇ ਅੰਦਰ ਜਰਮਨੀ ਆਲਰੇਡੀ ਰਿਸੈਸ਼ਨ ਇੰਗਲੈਂਡ ਇਜ਼ ਫੀਲਿੰਗ ਲਾਈਕ ਰਿਸੈਸ਼ਨ ਜੀ ਸੋ ਲੋਟ ਆਫ ਕੰਟਰੀਜ਼ ਇਨ ਯੂਰਪ ਆਰ ਫੀਲਿੰਗ ਲਾਈਕ ਰਿਸੈਸ਼ਨ ਤੇ ਅਮਰੀਕਾ ਦੇ ਅੰਦਰ ਵੀ ਅੱਜ ਜਿਹੜੀ ਰਿਪੋਰਟ ਆਈ ਹੈ ਉਹ ਜੌਬਸ ਕਹਿੰਦੇ ਆ ਜੌਬ ਓਪਨਿੰਗਸ ਐਂਡ ਲੇਬਰ ਸਰਵੇ ਉਹ ਰਿਪੋਰਟ ਇਹ ਦਰਸਾਉਂਦੀ ਹੈ ਕਿ ਅਮਰੀਕਨ ਇਕਾਨਮੀ ਇਜ਼ ਆਲਸੋ ਸਲੋਇੰਗ ਡਾਊਨ ਜੀ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਸੈਂਟਰਲ ਬੈਂਕ ਗਵਰਨਰਸ ਲੱਗੇ ਹੋਏ ਸੀ ਵੀ ਇਕਾਨਮੀ ਨੂੰ ਸਲੋ ਵੀ ਕਰਨਾ ਹੈ ਔਰ ਵੇਜ ਇਨਫਲੇਸ਼ਨ ਨੂੰ ਘਟਾਉਣਾ ਹੈ ਔਰ ਨਾਲ ਦੇ ਨਾਲ ਇਨਫਲੇਸ਼ਨ ਤੇ ਜਿਹੜੀ ਹੈ ਨੱਥ ਪਾਉਣੀ ਹੈ ਜੀ ਤੇ ਉਹਦੇ 'ਚ ਕੁਛ ਹੱਦ ਤੱਕ ਕਾਮਯਾਬ ਹੋਏ ਨੇ ਕਿਉਂਕਿ ਇਹਨਾਂ ਨੇ ਇੰਟਰਸਟ ਵਧਾਉਣੇ ਤੇ ਪਿਛਲੇ ਮਾਰਚ ਤੋਂ ਸ਼ੁਰੂ ਕੀਤੇ ਸੀ ਲੇਕਿਨ ਰੀਅਲਿਸਟਿਕ ਇਫੈਕਟ ਆਉਣ 'ਚ ਸਾਲ ਡੇਢ ਸਾਲ ਲੱਗਦਾ ਆ ਜੀ ਤੇ ਇਸ ਕਰਕੇ ਹੁਣ ਤੁਹਾਨੂੰ ਉਹਦੇ ਰਿਜ਼ਲਟ ਨਜ਼ਰ ਆਉਣੇ ਸ਼ੁਰੂ ਹੋ ਗਏ ਆ ਤੇ ਜਿੱਥੇ ਤੱਕ ਸਵਾਲ ਹੈ ਜੀ ਰਿਸੈਸ਼ਨ ਦਾ ਰਿਸੈਸ਼ਨ ਹਰੇਕ ਕੋਈ ਵੀ ਜਿਹੜਾ ਚਾਹੇ ਉਹ ਸੈਂਟਰਲ ਬੈਂਕ ਦਾ ਕੋਈ ਵੀ ਗਵਰਨਰ ਹੋ ਚਾਹੇ ਕੈਨੇਡਾ ਜਾਂ ਅਮਰੀਕਾ ਦੇ ਆਲਵੇਜ਼ ਵਾਂਟ ਟੂ ਅਵਾਇਡ ਰਿਸੈਸ਼ਨ ਲੇਕਿਨ ਦੇਅਰ ਬੈਸਟ ਸਿਨੈਰੀਓ ਇਜ਼ ਸੌਫਟ ਲੈਂਡਿੰਗ ਜੀ ਸੌਫਟ ਲੈਂਡਿੰਗ ਮੀਨਸ ਦੈਟ ਵੀ ਵਿਲ ਨਾਟ ਕਿ ਸਾਡੀ GDP ਜਿਹੜੀ ਹੈ 2 ਕੁਆਟਰ ਲਗਾਤਾਰ ਕੰਟਰੈਕਟ ਨਹੀਂ ਕਰੇਗੀ ਐਸ ਆਫ ਨਾਓ ਵੈਨ ਵੀ ਟਾਕ ਵਿਚ ਇਜ਼ ਵੀ ਆਰ ਇਨ ਦਾ 3rd quarter ਹੁਣ ਅਸੀਂ ਅਗਸਤ ਦੇ ਐਂਡ 'ਚ ਹੈਗੇ ਹਾਂ ਤੇ ਇਹ ਦੱਸਦਾ ਆ ਕਿ ਜੋ ਆਸ ਪਾਸ ਦੇ ਹਾਲਾਤ ਹਾਲਾਂਕਿ ਸਰਵੇ ਜਾਂ ਰਿਪੋਰਟਾਂ ਨਹੀਂ ਆਈਆਂ ਲੇਕਿਨ ਆਮ ਆਦਮੀ ਨਾਲ ਤੁਸੀਂ ਟਰਾਂਸਪੋਰਟਰ ਦੇ ਨਾਲ ਗੱਲ ਕਰਕੇ ਦੇਖੋ ਐਵਰੇਜ ਕੰਜ਼ਿਊਮਰ ਗੱਲ ਕਰਕੇ ਦੇਖੋ ਲੋਕਾਂ ਨੇ ਆਪਣੇ ਹੱਥ ਖਿੱਚ ਲਏ ਨੇ ਔਰ ਲੋਕ ਆਪਣੇ ਖਰਚੇ ਘਟਾ ਰਹੇ ਨੇ ਜੀ ਤੇ ਜਿਹੜੀ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਸਾਡੇ ਕੈਨੇਡਾ ਦੀ ਇਕਾਨਮੀ ਜਿਹੜੀ ਗਰੋ ਵੀ ਕੀਤੀ ਆ ਸੈਕੰਡ ਕੁਆਟਰ ਦੇ ਅੰਦਰ
ਦੈਟ ਇਜ਼ ਬੇਸਡ ਔਨ ਦੀ ਇਮੀਗ੍ਰੇਸ਼ਨ ਕੀਤੀ ਆ ਕਿਉਂਕਿ 1.2 ਮਿਲੀਅਨ ਲੋਕ ਜਿਹੜੇ ਪਿਛਲੇ ਇੱਕ ਸਾਲ ਚ ਆਏ ਨੇ ਜੀ ਆਫਟਰ ਆਲ ਉਹਨਾਂ ਨੇ ਕਿਤੇ ਰਹਿਣਾ ਵੀ ਹੈ ਕਿਤੇ ਉਹਨਾਂ ਨੇ ਖਾਣਾ ਪੀਣਾ ਵੀ ਹੈ ਇਸ ਕਰਕੇ ਗਰੋ ਕੀਤੀ ਹੈ ਲੇਕਿਨ ਜੇ ਤੁਸੀਂ ਦੇਖੋਗੇ ਕੰਜ਼ਿਊਮਰ ਸਪੈਂਡਿੰਗ ਕੰਪੇਅਰ ਤੁਸੀਂ ਕਰੋ ਪਿਛਲੀ ਜੁਲਾਈ ਤੋਂ ਇਸ ਸਾਲ ਜੁਲਾਈ ਦੀ ਤਾਂ 1.2% ਘਟੀ ਹੈ ਜੀ ਐਵਰੇਜ ਕੰਜ਼ਿਊਮਰ ਦੀ ਸਪੈਂਡਿੰਗ ਘਟੀ ਆ ਇਹਦਾ ਮਤਲਬ ਸਾਡੀ ਜਿਹੜੀ ਗਰੋਥ ਹੈ ਉਹ ਆਰਗੈਨਿਕ ਗਰੋਥ ਨਹੀਂ ਹੈਗੀ ਰਾਈਟ ਬੇਸਡ ਔਨ ਇਮੀਗ੍ਰੇਸ਼ਨ ਹੈਗੀ ਆ ਔਰ ਅਸੀਂ ਜਿਹੜਾ ਹੈ ਅਸੀਂ ਕਮੋਡਿਟੀਜ਼ ਦਾ ਭੰਡਾਰ ਹੈ ਸਾਡੇ ਕੋਲ ਚਾਹੇ ਆਇਲ ਹੈ ਨੈਚੁਰਲ ਰਿਸੋਰਸਿਸ ਨੇ ਤੇ ਉਹ ਅਸੀਂ ਜਿਹੜਾ ਵੇਚਣਾ ਹੈ ਉਹ ਅਸੀਂ ਡਿਵੈਲਪਿੰਗ ਕੰਟਰੀਜ਼ ਨੂੰ ਵੇਚਦੇ ਹਾਂ ਤੇ ਚਾਈਨਾ ਔਰ ਇੰਡੀਆ ਸਭ ਤੋਂ ਵੱਡੇ ਸੋਰਸ ਹੈਗੇ ਨੇ ਡਿਵੈਲਪਿੰਗ ਕੰਟਰੀਜ਼ ਅੰਦਰ ਕੰਜ਼ੰਪਸ਼ਨ ਦੇ ਜੀ ਤੇ ਜੇ ਚਾਈਨੀਜ਼ ਇਕਨੋਮੀ ਇਜ਼ ਗੋਇੰਗ ਡਾਊਨ ਦੈਟ ਮੀਨਸ ਇਟ ਇਜ਼ ਗੋਇੰਗ ਟੂ ਅਫੈਕਟ ਆਵਰ ਕੈਨੇਡੀਅਨ ਇਕਨੋਮੀ ਆਲਸੋ ਓਕੇ ਦੂਸਰੇ ਪਾਸੇ ਜਿੱਥੇ ਰਿਸੈਸ਼ਨ ਦਾ ਤੁਸੀਂ ਜ਼ਿਕਰ ਕੀਤਾ ਕਮੋਡਿਟੀਜ਼ ਸੈਕਟਰ ਦਾ ਤੁਸੀਂ ਜ਼ਿਕਰ ਕੀਤਾ ਹੈ ਥੋੜ੍ਹਾ ਜਿਹਾ ਇਹ ਦੱਸੋ ਕਿ ਜੇਕਰ ਰਿਸੈਸ਼ਨ ਹਿੱਟ ਹੁੰਦਾ ਹੈ ਤੁਹਾਡੇ ਹਿਸਾਬ ਨਾਲ ਕਿਹੜੇ ਵਲਨਰੇਬਲ ਸੈਕਟਰਸ ਹੈਗੇ ਨੇ ਜਿਨ੍ਹਾਂ 'ਤੇ ਜ਼ਿਆਦਾ ਇੰਪੈਕਟ ਪਏਗਾ ਇਸਦਾ ਦੇਖੋ ਸਰ ਸਭ ਤੋਂ ਮੇਨ ਇੰਪੋਰਟੈਂਟ ਹੈ ਹਾਊਸਿੰਗ ਸੈਕਟਰ ਜੀ ਹਾਊਸਿੰਗ ਹੈ ਕੰਸਟਰਕਸ਼ਨ ਹੈ ਵਿਚ ਆਰ ਇੰਡਸਟਰੀ ਇਜ਼ ਇੰਟਰਸਟ ਸੈਂਸਿਟਿਵ ਉਹਦੇ ਤੇ ਫਰਕ ਪੈਂਦਾ ਹੈ ਔਰ ਤੁਸੀਂ ਦੇਖ ਰਹੇ ਹੋ ਆਲਰੇਡੀ ਟਰਾਂਸਪੋਰਟੇਸ਼ਨ ਇੰਡਸਟਰੀ ਤੇ ਕਾਫੀ ਹੱਦ ਤੱਕ ਫਰਕ ਪੈ ਚੁੱਕਿਆ ਹੈ ਤੁਸੀਂ ਕਿਸੇ ਵੀ ਟਰਾਂਸਪੋਰਟਰ ਨਾਲ ਗੱਲ ਕਰੋ ਤੇ ਉਹਨਾਂ ਦਾ ਜਿਹੜਾ ਲੋਡ ਸੀਗਾ ਉਹ ਅੱਗੇ ਨਾਲੋਂ ਮੈਂ ਖਿਆਲ 60% ਰਹਿ ਗਿਆ ਹੈਗਾ ਜੀ ਔਰ ਅਮਰੀਕਾ ਦੇ ਅੰਦਰ ਵੀ ਟਰਾਂਸਪੋਰਟ ਸੈਕਟਰ ਦੇ ਅੰਦਰ ਜਿਹੜਾ ਹੈ ਮਤਲਬ ਘਟਿਆ ਹੈਗਾ ਆ ਤੇ ਮੇਨ ਇੰਪੋਰਟੈਂਟ ਜਿਹੜਾ ਹੈ ਕਿ ਜਿਹੜੀ ਡਿਊਰੇਬਲ ਗੁੱਡਸ ਨੇ ਜਿਹੜੀਆਂ ਕਿ ਖਾਸ ਤੌਰ ਤੇ ਤੁਸੀਂ ਕਹਿ ਲਓ ਕਿ ਲਗਜ਼ਰੀ ਗੁੱਡਸ ਨੇ ਉਹਦੇ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਕਿਉਂਕਿ ਜਦੋਂ ਵੀ ਕੋਈ ਇਹੋ ਜਿਹਾ ਮਾੜਾ ਟਾਈਮ ਆਉਂਦਾ ਆ ਲੋਕ ਜਿਹੜੇ ਨੇ ਲਗਜ਼ਰੀ ਗੁੱਡਸ ਤੋਂ ਆਪਣਾ ਹੱਥ ਖਿੱਚ ਲੈਂਦੇ ਨੇ ਜਿਹੜੀ ਐਵਰੇਜ ਗੁੱਡਸ ਨੇ ਐਵਰੇਜ ਜਿਹੜੀ ਉਹਨਾਂ ਨੇ ਲੈਣੀਆਂ ਚੀਜ਼ਾਂ ਉਹ ਤੇ ਲੈਂਦੇ ਹੀ ਨੇ ਔਰ ਇਸੇ ਕਰਕੇ ਜੇ ਮੈਂ ਤੁਹਾਨੂੰ ਹਵਾਲਾ ਦਿਆਂਗਾ ਪਿਛਲੇ 2 ਹਫ਼ਤੇ ਪਹਿਲਾਂ ਦੋ ਮੇਨ ਰਿਟੇਲਰ ਅਮੈਰੀਕਾ ਦੇ ਵਾਲਮਾਰਟ ਐਂਡ ਟਾਰਗੇਟ ਇਹਨਾਂ ਦੀ ਕੁਆਟਰਲੀ ਅਰਨਿੰਗ ਆਈ ਸੀ ਐਂਡ ਦੇ ਗੇਵ ਪੇਂਟਡ ਟੂ ਡਿਫਰੈਂਟ ਪਿਕਚਰਸ ਵਾਲਮਾਰਟ ਸੈਡ ਕਿ ਸਾਡੀ ਜਿਹੜੀ ਫਿਊਚਰ ਗਾਈਡੈਂਸ ਹੈ ਬਹੁਤ ਵਧੀਆ ਆ ਟਾਰਗੇਟ ਨੇ ਕਿਹਾ ਸੀ ਸਾਡੀ ਗਾਈਡੈਂਸ ਬੜੀ ਦੋਨੋਂ ਤੁਸੀਂ ਦੇਖੋ ਰਿਟੇਲ ਦੀਆਂ ਕੰਪਨੀਆਂ ਹੈਗੀਆਂ ਨੇ ਔਰ ਕਿਉਂ ਕਿਉਂਕਿ ਦੇਖੋ ਵਾਲਮਾਰਟ ਦੀ ਅਰਨਿੰਗ ਕਿਉਂ ਵਧੀਆ ਹੋਏਗੀ ਕਿਉਂਕਿ ਵਾਲਮਾਰਟ ਦਾ 50% ਪ੍ਰੋਫਿਟ ਜਿਹੜਾ ਹੈ ਫੂਡ ਤੋਂ ਆਉਂਦਾ ਹੈ ਜੀ ਤੇ ਕਈ ਸਾਰੇ ਲੋਕ ਫੂਡ ਉੱਥੋਂ ਵਾਲਮਾਰਟ ਤੋਂ ਲੈਂਦੇ ਆ ਜਦਕਿ ਟਾਰਗੇਟ ਕੋਲ ਲੋਕ ਜਿਹੜੇ ਆ ਆਮ ਤੌਰ ਤੇ ਜਿਸ ਤਰ੍ਹਾਂ ਕੋਈ ਪਹਿਨਣ ਵਾਲੇ ਕੱਪੜੇ ਲੈਂਦੇ ਆ ਉਸ ਤੇ ਲੋਕ ਜਿਹੜਾ ਹੈ ਆਪਣੀ ਕਟੌਤੀ ਕਰਨਗੇ ਜੀ ਖਾਣ ਵਾਲੀ ਚੀਜ਼ਾਂ ਤੇ ਕਟੌਤੀ ਨਹੀਂ ਕਰਨਗੇ ਇਸ ਤਰ੍ਹਾਂ ਹੀ ਪਿਛਲੇ ਹਫ਼ਤੇ ਤੁਸੀਂ ਦੇਖੋ ਫੂਡ ਬਲੌਗਰਸ ਹੈ ਜਾਂ ਗੈਪਸ ਹੈ ਜਾਂ ਆਪਣਾ ਡਿਕ ਸਪੋਰਟਿੰਗ ਗੁੱਡਸ ਹੈ ਜਿੰਨੀਆਂ ਵੀ ਇਹੋ ਜਿਹੀਆਂ ਸਪੋਰਟਿੰਗ ਗੁੱਡਸ ਦੀਆਂ ਇਹ ਰਿਟੇਲ ਕੰਪਨੀਆਂ ਹੈਗੀਆਂ ਉਹਨਾਂ ਸਭ ਨੇ ਮਾੜੀ ਪਿਛਲੇ ਕੁਆਟਰ ਦੀ ਰਿਪੋਰਟ ਪੇਸ਼ ਕੀਤੀ ਔਰ ਫਿਊਚਰ ਗਾਈਡੈਂਸ ਵੀ ਜਿਹੜੀ ਆ ਉਹ ਵੀਕ ਦਿੱਤੀ ਹੈ ਸੋ ਦੈਟ ਟੈਲਸ ਯੂ ਕਿ 3rd or 4th quarter ਵੀ ਵਿਲ ਬੀ ਵੀਕਰ ਸੋ ਸਰਦਾਰ ਸੁਰਿੰਦਰਪਾਲ ਸਿੰਘ ਜੀ ਸਾਨੂੰ ਇਹ ਦੱਸੋ ਕਿ ਹੁਣ ਇੱਕ ਆਮ ਵਿਅਕਤੀ ਜਿੱਥੇ ਅਸੀਂ ਵੱਡੀ ਕੰਪਨੀਆਂ ਦੀ ਗੱਲਾਂ ਕੀਤੀਆਂ ਸਰਕਾਰਾਂ ਦੀ ਗੱਲਾਂ ਕੀਤੀਆਂ ਹਾਊ ਕੈਨ ਅ ਕਾਮਨ ਪਰਸਨ ਇਨ ਦਿਸ ਸਿਸਟਮ ਐਂਡ ਸਿਚੁਏਸ਼ਨ ਆਪਣੇ ਆਪ ਨੂੰ ਬਚਾ ਕੇ ਬਾਹਰ ਆ ਸਕਦਾ ਹੈ ਤਾਂ ਕਿ ਇਹ ਮਾੜਾ ਸਮਾਂ ਵੀ ਛੇਤੀ ਲੰਘ ਜਾਏ ਤੁਸੀਂ ਜਵਾਬ ਵੀ ਇੱਕ ਦੱਸਿਆ ਵੀ ਬਜਟ ਦੀ ਗੱਲ ਜੀ ਬਜਟਿੰਗ ਇਜ਼ ਅ ਵੈਰੀ ਇੰਪੋਰਟੈਂਟ ਪਾਰਟ ਇਨ ਅ ਫਾਈਨੈਂਸ਼ੀਅਲ ਪਲੈਨਿੰਗ ਓਕੇ ਔਰ ਪਲੈਨਿੰਗ ਅਗੇਨ ਜਿਸ ਤਰ੍ਹਾਂ ਸਾਡੇ ਪੰਜਾਬੀਆਂ ਦੀ ਨੇਚਰ ਹੈ ਪ੍ਰੋਕਾਸਟੀਨੇਸ਼ਨ ਕਿਉਂਕਿ ਇੱਕ ਇੰਗਲਿਸ਼ ਕਹਾਵਤ ਹੈ ਪਲਾਨਸ ਡੋਨਟ ਫੇਲ ਬਟ ਵੀ ਫੇਲ ਟੂ ਮੇਕ ਅ ਪਲਾਨ ਐਬਸੋਲੂਟਲੀ ਔਰ ਵਟ ਯੂ ਆਰ ਟੂਡੇ ਇਜ਼ ਵਟ ਯੂ ਪਲੈਨ ਯਸਟਰਡੇ ਹੁਣ ਜੇ ਤੁਸੀਂ ਅੱਗ ਲੱਗਣ ਤੇ ਖੂਹ ਖੋਦੋਗੇ ਕੋਈ ਫਾਇਦਾ ਨਹੀਂ ਇਸੇ ਕਰਕੇ ਇੱਕ ਫਾਈਨੈਂਸ਼ੀਅਲ ਪਲਾਨ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਚਲੋ ਠੀਕ ਹੈ ਹੁਣ ਮਾੜਾ ਸਮਾਂ ਤੁਹਾਡੇ ਤੇ ਆ ਵੀ ਗਿਆ ਇੱਕ ਤਾਂ ਤੁਸੀਂ ਕੋਈ ਵੀ ਨਵੀਂ ਕੋਈ ਲਗਜ਼ਰੀ ਗੁੱਡਸ ਜੇ ਪਰਚੇਸ ਕਰਨੀ ਹੈ ਜੀ ਖਾਸ ਤੌਰ ਤੇ ਐਕਸਪੈਂਸਿਵ ਕਾਰ ਲੈਣੀ ਹੈ ਤੇ ਉਹ ਤੁਸੀਂ ਗੁਰੇਜ ਕਰ ਸਕਦੇ ਹੋ ਨੰਬਰ 1 ਨੰਬਰ 2 ਕਿ ਤੁਸੀਂ ਬਜਟਿੰਗ ਜ਼ਰੂਰ ਕਰੋ ਤੁਸੀਂ ਬਸ਼ੱਕ ਹਾਲੇ ਤੱਕ ਬਜਟਿੰਗ ਜੇ ਨਹੀਂ ਕੀਤੀ ਤੁਸੀਂ ਆਪਣੇ ਫਾਈਨੈਂਸ਼ੀਅਲ ਪਲੈਨਰ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਬੈਠ ਕੇ ਕਰੋ ਚਲੋ ਤੁਹਾਡੇ ਕੋਲ ਨਹੀਂ ਵੀ ਫਾਈਨੈਂਸ਼ੀਅਲ ਐਡਵਾਈਜ਼ਰ ਤੁਸੀਂ ਕੰਮ ਕਰੋ ਤੁਸੀਂ ਛੋਟੀ ਜਿਹੀ ਕਾਪੀ ਮਿਲਦੀ ਹੈ ਉਹਨੂੰ ਜੇਬ 'ਚ ਰੱਖੋ ਜੀ ਤੁਸੀਂ ਰੋਜ਼ ਦਾ ਜਿੱਥੇ ਜਿੱਥੇ ਪੈਸੇ ਖਰਚਦੇ ਹੈ ਜਦੋਂ ਪੈਸੇ ਤੁਸੀਂ ਜੇਬ 'ਚੋਂ ਕੱਢਣੇ ਆ ਉੱਥੇ ਲਿਖ ਦਿਓ ਵੀ ਮੈਂ ਇਹ $10 ਦੀ ਜਿਹੜਾ ਹੈ ਲੰਚ ਬਾਰ ਕੀਤਾ ਜਾਂ ਮੈਂ$4 ਦੀ ਕਾਫੀ ਪੀਤੀ ਆ ਜਾਂ ਮੈਂ ਆਹ ਖਰਚਿਆ ਆ ਤੇ ਤੁਸੀਂ ਦੇਖੋਗੇ ਜੇ ਤੁਸੀਂ ਇੱਕ ਹੈਬਿਟ ਬਣਾ ਲਓਗੇ ਲਿਖਣ ਦੀ ਤੇ ਇੱਕ ਹਫ਼ਤੇ ਬਾਅਦ ਤੁਹਾਨੂੰ ਆਪ ਲੱਗੇਗਾ ਯਾਰ ਮੈਂ ਕਰ ਕੀ ਰਿਹਾ ਮੈਂ ਰੋਜ਼ ਤਾਂ 12 ਕੱਪ ਕਾਫੀ ਪੀ ਦਿੰਦਾ ਹਾਂ ਤੇ ਮੇਰਾ $25-30 ਤੇ ਇੱਥੇ ਚਲ ਜਾਂਦੇ ਆ
ਮੈਂ ਐਗਜ਼ਾਮਪਲ ਦੇ ਤੌਰ ਤੇ ਦੱਸ ਰਿਹਾ, ਜਾਂ ਈਵਨ ਜੇ ਤੁਸੀਂ ਗਰੋਸਰੀ ਦਾ ਆਪਣਾ ਬਜਟ ਬਣਾਇਆ, ਬਜਟ ਵੀ ਗਰੋਸਰੀ ਤੁਸੀਂ ਬਣਾਇਆ ਵੀ ਲੈਟਸ ਸੇ ਇਹ ਫੈਮਿਲੀ ਆਫ 4 ਪੀਪਲ ਕੇ ਤੁਸੀਂ $1,200 ਦਾ ਬਜਟ ਬਣਾਇਆ ਜੀ, ਤੇ ਤੁਸੀਂ ਘਰੋਂ ਲਿਖ ਕੇ ਲੈ ਕੇ ਜਾਓ ਵੀ ਮੈਂ ਇਹ ਆਈਟਮਸ ਲੈਣੀ, ਬਜਾਏ ਕਿ ਤੁਸੀਂ ਉੱਥੇ ਜਾ ਕੇ ਜਦੋਂ ਗਰੋਸਰੀ ਸਟੋਰ ਤੇ ਜਿਹੜੀ ਚੀਜ਼ ਪਸੰਦ ਆ ਉਹ ਚੱਕ ਲਈ, ਤੇ ਉਹਦੇ ਲਈ ਤੁਸੀਂ ਇੱਕ ਐਕਸਟਰਾ ਪੈਸੇ ਰੱਖੋ ਉਹਦੇ ਲਈ। ਇਸ ਤਰ੍ਹਾਂ ਹੀ ਤੁਸੀਂ ਐਂਟਰਟੇਨਮੈਂਟ ਐਕਸਪੈਂਸਿਸ ਲਈ ਪੈਸੇ ਅਲੱਗ ਰੱਖੋ ਜੀ। ਔਰ ਸਭ ਤੋਂ ਪਹਿਲਾਂ ਇਹਨੂੰ ਕਹਾਵਤ ਹੈ ਪੇ ਟੂ ਯੋਰਸੈਲਫ ਫਸਟ, ਰਾਈਟ, ਬਈ ਤੁਸੀਂ ਪਹਿਲਾਂ 5% ਪੈਸੇ ਆਪ ਦੇ ਆਪਣੇ ਫਿਊਚਰ ਲਈ ਰੱਖੋ, ਐਮਰਜੈਂਸੀ ਫੰਡ ਰੱਖੋ, ਇੱਕ 2 to 3 months ਐਕਸਪੈਂਸਿਸ ਜਿਹੜੇ ਆ ਇੱਕ ਪਾਸੇ ਰੱਖੇ ਹੋਣੇ ਚਾਹੀਦੇ ਆ, ਕਦੀ ਵੀ ਮਾੜਾ ਸਮਾਂ ਆ ਜਾਏ, ਤੁਹਾਡੀ ਜੌਬ ਚਲੀ ਜਾਏ, ਕਿਤੇ ਛੱਤ ਖਰਾਬ ਹੋ ਗਈ, ਕੋਈ ਵੀ ਤੁਹਾਡੀ ਕਾਰ ਬ੍ਰੇਕ ਡਾਊਨ ਹੋ ਗਈ, ਕੋਈ ਮੇਜਰ ਐਕਸਪੈਂਸਿਸ, ਜਾਂ ਇੰਡੀਆ ਜਾਣਾ ਪਿਆ ਅਚਾਨਕ, ਕੋਈ ਵੀ ਇਸ ਤਰ੍ਹਾਂ ਦੇ ਐਕਸਪੈਂਸਿਸ ਤੁਹਾਨੂੰ ਆ ਸਕਦੇ ਆ, ਉਹ ਤੁਸੀਂ ਐਮਰਜੈਂਸੀ ਫੰਡ ਨੂੰ ਛੇੜਨਾ ਨਹੀਂ ਹੈਗਾ, ਉਹਨੂੰ ਇੱਕ ਪਾਸੇ ਰੱਖੋ, ਫਿਊਚਰ ਲਈ ਵੀ ਸੇਵਿੰਗ ਰੱਖੋ, ਔਰ ਆਪਣੇ ਜਿਹੜੇ ਹਾਈ ਇੰਟਰਸਟ ਡੈਟਸ ਨੇ ਉਹਨੂੰ ਪੇ ਆਫ ਕਰੋ ਪਹਿਲਾਂ, ਖਾਸ ਤੌਰ ਤੇ ਉਹ ਡੈਟਸ ਜਿਹੜੇ ਕਿ ਡੈਪਰੀਸ਼ੀਏਟਿੰਗ ਐਸੈਟਸ ਹੈਗੀਆਂ ਨੇ। ਡੈਪਰੀਸ਼ੀਏਟਿੰਗ ਐਸੈਟਸ ਕਿਹੜੀਆਂ ਨੇ? ਤੁਸੀਂ ਕਾਰ ਲੈ ਲਈ, 60,000 ਦੀ ਕਾਰ ਲੈ ਲਈ, ਜਦੋਂ ਲਿਆਂਦੀ ਤੁਹਾਡੇ ਘਰ ਖੜੀ ਕੀਤੀ, ਉਸੇ ਦਿਨ ਤੁਹਾਡੀ 60,000 ਵਾਲੀ ਕਾਰ ਦੀ ਕੀਮਤ ਜਿਹੜੀ ਹੈ ਕਰੋ 40,000 ਰਹਿ ਜਾਂਦੀ ਹੈ ਜੀ, ਮਤਲਬ 1/3 ਤੁਹਾਡੀ ਪਹਿਲੇ ਸਾਲ ਦੇ ਅੰਦਰ ਡੈਪਰੀਸ਼ੀਏਸ਼ਨ ਹੋ ਜਾਂਦੀ ਆ। ਤੇ ਉਹ ਜੇ ਤੁਸੀਂ ਕਾਰ ਲੋਨ ਬੜਾ ਐਕਸਪੈਂਸਿਵ ਹੈ ਉਹਨੂੰ ਪੇ ਆਫ ਕਰੋ, ਜੇ ਤੁਸੀਂ ਲਾਈਨ ਆਫ ਕ੍ਰੈਡਿਟ ਹਾਈ ਰੇਟ ਤੇ ਹੈ, ਵੀਜ਼ਾ ਮਾਸਟਰ ਕਾਰਡ ਜਿਹੜੀ ਨੇ ਉਹਨੂੰ ਪੇ ਆਫ ਕਰੋ, ਤੇ ਇਸ ਤਰੀਕੇ ਨਾਲ ਜੇ ਤੁਸੀਂ ਮਤਲਬ ਦੇਖੋ ਜੀ, ਜਿੰਨੇ ਵੀ ਤੁਸੀਂ ਦੇਖੋਗੇ ਹਰਪ੍ਰੀਤ ਜੀ, ਜਿਹੜੇ ਲੋਕ ਬੈਂਕਰਪਸੀ ਫਾਈਲ ਕਰਦੇ ਨੇ ਜੀ, ਉਹ ਮੋਸਟਲੀ ਅਮੀਰ ਲੋਕ ਫਾਈਲ ਕਰਦੇ ਨੇ, ਕੋਈ ਇੱਕ ਆਮ ਐਵਰੇਜ ਟਾਮ ਡਿਕ ਐਂਡ ਹੈਰੀ ਜਿਹੜੀ ਕੋਈ 2,000-3,000 ਮੰਥਲੀ ਕਮਾਉਂਦਾ, ਉਹ ਨਹੀਂ ਕਦੀ ਬੈਂਕਰਪਸੀ ਫਾਈਲ ਕਰਦਾ ਜੀ, ਕਿਉਂਕਿ ਉਹਨੂੰ ਆਪਣੇ ਦਾਇਰੇ ਚ ਰਹਿਣਾ ਆਉਂਦਾ ਆ। ਜਿਹੜੇ ਬੰਦੇ ਕੋਲ 10-15,000 ਮੰਥਲੀ ਇਨਕਮ ਹੁੰਦੀ ਆ, ਉਸ ਹਿਸਾਬ ਦੇ ਨਾਲ ਉਹ ਆਪਣੇ ਖਰਚੇ ਪਾ ਲੈਂਦਾ, ਤੇ ਉਸ ਟਾਈਮ ਉਹ ਸੋਚਦਾ ਨਹੀਂ ਆ ਵੀ ਇਹ 15,000 ਦੀ ਇਨਕਮ 12 ਵੀ ਹੋ ਸਕਦੀ ਹੈ, 10 ਵੀ ਹੋ ਸਕਦੀ ਹੈ, ਜਾਂ 6 ਮਹੀਨੇ ਘਰ ਵੀ ਬੈਠਣਾ ਪੈ ਸਕਦਾ, ਤੇ ਉਹ ਇਹਨਾਂ ਚੀਜ਼ਾਂ ਤੋਂ ਜਿਹੜਾ ਹੈ ਕਈ ਵਾਰੀ ਮਤਲਬ ਸੋਚਦਾ ਨਹੀਂ ਹੈ, ਇਸ ਕਰਕੇ ਉਸ ਫਾਈਨੈਂਸ਼ੀਅਲ ਡਿਫਿਕਲਟੀ ਚ ਆ ਜਾਂਦਾ ਆ। ਰਾਈਟ, ਤੇ ਇਸ ਲਈ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਾਡੇ ਪੰਜਾਬੀਆਂ ਦੀ ਨੇਚਰ ਇਜ਼ ਦੈਟ ਪ੍ਰੋਕਾਸਟੀਨੇਸ਼ਨ ਐਂਡ ਦੇ ਟ੍ਰਾਈ ਟੂ ਐਕਸਟੈਂਡ ਦੈਮਸੈਲਵ ਟੂ ਦ ਮੈਕਸਿਮਮ, ਰਾਈਟ, ਦੇ ਟ੍ਰਾਈ ਟੂ ਲਿਵ, ਦੇ ਲਵ ਲਿਵਿੰਗ ਇਨ ਐਜਸ, ਦੇ ਲਵ ਦ ਥ੍ਰਿਲ, ਤੇ ਉਹ ਚੀਜ਼ਾਂ ਦੇਖੋ ਇੱਕ ਆਮ ਜ਼ਿੰਦਗੀ ਦੇ ਅੰਦਰ ਚੰਗੀਆਂ ਨੇ, ਲੇਕਿਨ ਫਾਈਨੈਂਸਿਸ ਦੇ ਅੰਦਰ ਜਿਹੜਾ ਹੈ ਉਹ ਚ ਤੁਹਾਨੂੰ ਕਦੀ ਵੀ ਇਸ ਬਾਰੇ ਜਿਹੜੀ ਹੈ ਕੋਤਾਹੀ ਨਹੀਂ ਕਰਨੀ ਚਾਹੀਦੀ। ਐਬਸੋਲਿਊਟਲੀ ਜੀ, ਬੜੀ ਸੋਹਣੀ ਤੁਸੀਂ ਗੱਲ ਕੀਤੀ, ਤੇ ਖਾਸ ਤੌਰ ਤੇ ਜਿਹੜਾ ਤੁਸੀਂ ਇਹ ਕਿਹਾ ਕਿ ਜਦੋਂ ਅਸੀਂ ਮਾਰਕੀਟ ਵਿੱਚ ਜਾਂਦੇ ਹਾਂ ਅਸੀਂ ਇੰਟਾਈਸ ਹੋ ਜਾਂਦੇ ਹਾਂ, ਜੋ ਵੀ ਸਾਡੇ ਸਾਹਮਣੇ ਆਉਂਦਾ, ਚਲੋ ਅਸੀਂ ਆਪਣੀਆਂ ਬੱਗੀਆਂ ਭਰੀਆਂ ਚੱਲਣੇ ਹੈਗੇ, ਇਹ ਸਮਾਂ ਥੋੜ੍ਹਾ ਜਿਹਾ ਸੁਹਿਰਤਾ ਵਾਲਾ ਹੈਗਾ, ਬੀ ਕੇਅਰਫੁਲ ਐਂਡ ਬੀ ਅਵੇਅਰ ਆਫ ਵਾਟ ਯੂ ਆਰ ਬਾਇੰਗ, ਤਾਂ ਕਿ ਜਿਹੜਾ ਇਸ ਸਮੇਂ ਇੱਕ ਇੱਕ ਪੈਨੀ ਵੀ ਜੇਕਰ ਸੇਵ ਹੁੰਦੀ ਹੈ ਉਹ ਤੁਹਾਡੇ ਐਡਵਾਂਟੇਜ ਵੱਲ ਹੋ ਸਕਦੀ ਹੈ। ਸੁਰਿੰਦਰਪਾਲ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਇਹ ਬੇਸਿਕ ਜਿਹੜਾ ਤੁਸੀਂ ਸਾਨੂੰ ਅੱਜ ਸੁਝਾਅ ਦਿੱਤੇ ਨੇ, ਆਸ ਕਰਦੇ ਹਾਂ ਕਿ ਸਾਡੇ ਲਿਸਨਰਸ ਜ਼ਰੂਰ ਇਸ ਦਾ ਫਾਇਦਾ ਲੈਣਗੇ ਅਤੇ ਇਸ ਦੇ ਉੱਤੇ ਅਮਲ ਕਰਕੇ ਇਸ ਸਮੇਂ ਦੇ ਵਿੱਚੋਂ ਲੰਘ ਕੇ ਅਗੇਨ ਜੋ ਕਰਨਾ ਚਾਹੁੰਦੇ ਨੇ ਕਰਨਗੇ, ਬਟ ਡੈਫੀਨੇਟਲੀ ਫਾਈਨੈਂਸ਼ੀਅਲ ਐਡਵਾਈਸ ਜਿਹੜੀ ਤੁਸੀਂ ਗੱਲ ਕਹੀ, ਲੈਣੀ ਬਹੁਤ ਜ਼ਰੂਰੀ ਹੈ, ਉਸ ਨੂੰ ਅਸੀਂ ਪ੍ਰੋਕਰੈਸਟੀਨੇਟ ਯਾਨੀ ਕਿ ਕਰ ਲਾਂਗੇ ਕੱਲ, ਉਸ ਦੇ ਉੱਤੇ ਨਾ ਛੱਡੀਏ, ਬਲਕਿ ਇਮੀਡੀਏਟਲੀ ਅੱਜ ਹੀ ਬੈਠ ਕੇ ਆਪਣੇ ਪਰਿਵਾਰ ਨਾਲ ਦੇਖੀਏ ਕਿੱਥੇ ਅਸੀਂ ਖਲੋਤੇ ਹਾਂ ਅਤੇ ਕਿਸ ਤਰੀਕੇ ਨਾਲ ਅਸੀਂ ਇਕੱਠੇ ਰਲ ਮਿਲ ਕੇ ਇਸ ਸਮੇਂ ਦੇ ਵਿੱਚੋਂ ਬਾਹਰ ਨਿਕਲ ਸਕਦੇ ਹਾਂ। ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ ਸਰ, ਥੈਂਕ ਯੂ, ਥੈਂਕ ਯੂ ਜੀ।